ਵੀਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਵੀਰੋ ਹੁਣ ਆਪਾਂ ਨਟਗਰਾ ਨਵਾਂ ਬਣਾਇਆ, ਇੱਕ ਇਹ ਸਨਸ਼ੀਟ ਦਾ ਨਟਗਰਾ ਬਣਾਇਆ ਹੋਇਆ ਜੀ। ਆਹ ਵਾਲੀ ਸਨਸ਼ੀਟ ਹੈ ਜੀ ਜੋ ਤੁਸੀਂ ਦੇਖ ਰਹੇ ਹਾਂ, ਇਸ ਸਨਸ਼ੀਟ ਦਾ ਸਾਰਾ ਨਟਗਰਾ ਆਪਾਂ ਇਹ ਤਿਆਰ ਕੀਤਾ ਜੀ। ਆਹ ਤੁਹਾਨੂੰ ਦਿਖਾਉਣੇ ਆ ਨਟਗਰਾ ਦੀ ਚੈਸੀ ਆ ਜੀ, ਆਹ ਸਪੰਪਰ ਪੂਰਾ ਸੀਟ ਵਗੈਰਾ ਸਾਰਾ ਕੁਝ ਲਾਇਆ, ਲਿਫਟ ਵੀ ਚੱਕਦਾ ਟਰੈਕਟਰ ਐਤਕੀ ਕੀਤਾ ਜੀ। ਇਹ ਮੜੂਗਾ ਵੀ ਜੀ ਇਹ ਟਰੈਕਟਰ ਐਤਕੀ ਜੀ, ਸਾਰਾ ਕੁਛ ਲੱਗਿਆ ਜੀ ਇਹਦੇ ਜੀ। ਅਤੇ ਦੱਸ ਕਰੋ ਟਾਇਰ ਵੀ ਆਪਾਂ ਸਨਬੋਰਡ ਦੇ ਬਣਾਏ ਆ ਜੀ, ਇਹਦੀ ਅਸ਼ੂ ਆ ਜੀ, ਇਹ ਵੀ ਸਨਬੋਰਡ ਦੀ ਹੈ ਜੀ ਨਟਗਰੇ ਦੀ। ਇਹ ਤਿਆਰ ਹੋ ਰਿਹਾ ਜੀ, ਮਗਰਲਾ ਵੀਲ ਆ ਗਿਆ ਜੀ, ਵੀਲ ਟਾਇਰ ਅਤੇ ਵੀਲ ਅਤੇ ਛਤਰੀ ਆ ਗਈ ਵੀਰੋ, ਛਤਰੀ ਡੈੱਕ ਲੱਗਿਆ ਹੋਇਆ ਜੀ। ਇਹ ਹੁਣ ਆਪਾਂ ਪੇਂਟ ਕਰਾਂਗੇ ਜੀ, ਇਸ ਟਰੈਕਟਰ ਨੂੰ ਸਾਰੇ ਨੂੰ ਪੇਂਟ ਕਰਕੇ ਤੁਹਾਨੂੰ ਦਿਖਾਵਾਂਗੇ ਜੀ। ਹਾਂਜੀ ਵੀਰੋ, ਟਰੈਕਟਰ ਪੇਂਟ ਹੋ ਚੁੱਕਿਆ ਜੀ। ਆਹ ਹੁਣ ਤੁਸੀਂ ਟਰੈਕਟਰ ਨੂੰ ਸਾਰੇ ਨੂੰ ਤੁਹਾਨੂੰ ਦਿਖਾਉਣੇ ਜੀ ਕਿਵੇਂ ਫਿੱਟ ਹੋਊਗਾ ਇਹ। ਹਾਂਜੀ, ਇਹ ਸ਼ੋਅ ਹੁਣ ਫਿੱਟ ਅਸੀਂ ਕਰਾਂਗੇ ਜੀ, ਅਤੇ ਸ਼ੋਅ ਆ ਵੇਖੋ ਵੀਰੋ ਫਿੱਟ ਹੁੰਦੀ। ਇਹ ਵੀਰੋ ਸਾਰਾ ਟਰੈਕਟਰ ਇਹ ਸਨਬੋਰਡ ਦਾ ਬਣਿਆ ਹੋਇਆ ਜੀ, ਵੇਖੋ ਜੀ ਹੁਣ ਤੁਸੀਂ ਇਹ ਸ਼ੋਅ ਫਿੱਟ ਕਰਦੇ। ਹਾਂਜੀ ਵੀਰੋ, ਹੁਣ ਇਹ ਆਪਾਂ ਦੂਜੀ ਲਾਵਾਂਗੇ ਛਤਰੀ ਜੀ, ਕਿ ਪੂਰਾ ਟਰੈਕਟਰ ਵੀਰੋ ਆਪਾਂ ਸਨਬੋਰਡ ਦੇ ਨਾਲ ਬਣਾਇਆ ਜੀ। ਰੀਜਨਲ ਟਰੈਕਟਰ ਨੂੰ ਰੰਗ ਕੀਤਾ ਜੀ, ਇਹਨੂੰ ਰੀਜਨਲ ਰੰਗ ਆ ਸਾਰਾ ਪੂਰਾ ਜੀ, ਇਹ ਟਰੈਕਟਰ ਨੂੰ ਰੰਗ ਕੀਤਾ ਜੀ ਵੀਰੋ। ਆਪਾਂ ਇਸ ਤੋਂ ਪਹਿਲਾਂ ਵੀ ਬਹੁਤ ਸਾਰੇ ਟਰੈਕਟਰਾਂ ਦੇ ਮਾਡਲ ਬਣਾਏ ਆ, ਇਹ ਨਵਾਂ ਨਟਗਰਾ ਆਪਾਂ ਐਤਕੀ ਸਨਬੋਰਡ 'ਚ ਬਣਾਇਆ ਜੀ। ਅਤੇ ਜੋ ਹਿੰਦੁਸਤਾਨ ਤੁਸੀਂ ਟਰੈਕਟਰ ਨਾਲ ਖੜ੍ਹਾ ਵੇਖ ਰਹੇ ਹੋ, ਇਹ ਆਪਾਂ ਹਿੰਦੁਸਤਾਨ PVC ਪਾਈਪ ਦਾ ਬਣਾਇਆ ਜੀ। ਹਾਂਜੀ ਵੀਰੋ, ਇਹ ਟਰੈਕਟਰ ਆ ਲਿਫਟ ਵੀ ਚੱਕਦਾ ਜੀ, ਹੁਣ ਦਿਖਾਉਣੇ ਅਸੀਂ ਲਿਫਟ ਕਿਉਂ ਚੱਕਦਾ। ਆ ਦੇਖੋ ਜੀ ਪੂਰਾ ਟਰੈਕਟਰ ਵਰਕਿੰਗ ਕਰਦਾ ਵਿਖਾਇਆ ਜੀ ਇਹ। ਹਾਂਜੀ ਹਾਂਜੀ ਵੀਰੋ, ਹੁਣ ਇਹ ਤੁਸੀਂ ਅਗਲੇ ਪਾਸੇ ਵਾਲੇ ਟਾਇਰ ਜੋ ਥੱਲੇ ਰੋਡ ਵਾਲੀ ਸਿਸਟਮ ਉਹ ਲੱਗਦਾ ਜੀ ਪਿੰਨ ਪਾ ਕੇ, ਇਹ ਵੀ ਪੂਰਾ ਇਹ ਵਰਕਿੰਗ ਕਰਤਾ ਜੀ, ਟਰੈਕਟਰ ਦੀ ਪਿੰਨ ਪੂਰੀ ਵਰਕ ਕਰੂਗੀ ਇਹ ਜੀ। ਹਾਂਜੀ, ਤੁਸੀਂ ਹੁਣ ਪਿੰਨ ਆਪਾਂ ਵਿੱਚ ਲਾ ਰਹੇ ਹਾਂ ਜੀ। ਅਤੇ ਵੀਰੋ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿਓ, ਆਪਾਂ ਹੋਰ ਵੀ ਇਸ ਤੋਂ ਪਹਿਲਾਂ ਬਹੁਤ ਸਾਰੇ ਟਰੈਕਟਰਾਂ ਦੇ ਮਾਡਲ ਬਣਾਏ ਆ, ਉਹ ਤੁਸੀਂ ਆਪਣੇ ਇਸ ਡਰੈਸ 'ਤੇ ਆ ਕੇ ਵੇਖ ਸਕਦੇ ਹੋ, ਡਰੈਸ ਵੀ ਤੁਹਾਨੂੰ ਅਸੀਂ ਦੱਸਾਂਗੇ ਵੀਡੀਓ ਦੇ ਵਿੱਚ। ਅਤੇ ਆਪਣਾ ਚੈਨਲ ਵੀ ਬਣਿਆ ਵੀਰ ਜੀ, ਉਸ ਚੈਨਲ 'ਤੇ ਜਾ ਕੇ ਵੀ ਤੁਸੀਂ ਆਪਣੇ ਸਾਰੇ ਮਾਡਲ ਵੇਖ ਸਕਦੇ ਹਾਂ। ਪਹਿਲਾਂ ਆਪਾਂ ਮਾਡਲ ਥਰਮੋਕੋਲ ਦੇ ਬਣਾਉਂਦੇ ਹੁੰਦੇ ਸੀਗੇ, ਹੁਣ ਆਪਾਂ ਇਹ ਥਰਮੋਕੋਲ ਦੇ ਮਾਡਲ ਨਹੀਂ ਬਣਾਉਂਦੇ, ਹੁਣ ਆਪਾਂ ਸਨਬੋਰਡ ਦੇ ਮਾਡਲ ਬਣਾਈਦੇ ਜੀ। ਹਾਂਜੀ ਵੀਰੋ, ਸੈਂਟਰ ਪਿੰਨ ਪੈ ਗਈ ਆ, ਤੁਹਾਨੂੰ ਦਿਖਾਤਾ ਜੀ। ਹੁਣ ਇਹ ਆਪਾਂ ਮਗਰਲੇ ਜੋ ਟਾਇਰ ਉਹ ਤੁਹਾਨੂੰ ਫਿੱਟ ਕਰਕੇ ਦਿਖਾਵਾਂਗੇ ਜੀ, ਆ ਟਾਇਰ ਫਿੱਟ ਹੋ ਰਹੇ ਆ ਜੀ, ਤੁਸੀਂ ਵੇਖ ਸਕਦੇ ਜੀ ਕਿਸ ਤਰ੍ਹਾਂ ਟਾਇਰ ਇਹ ਫਿੱਟ ਹੋਈ ਜਾ ਰਹੇ ਜੀ। ਹਾਂਜੀ ਵੀਰੋ, ਪੂਰੇ ਹੁਣ ਟਰੈਕਟਰ ਦੇ ਟਾਇਰ ਫਿੱਟ ਹੋ ਚੁੱਕੇ ਆ ਜੀ, ਅਤੇ ਘੁੰਮਦਾ ਟਰੈਕਟਰ ਦੇ ਟਾਇਰ ਇਹ ਘੁੰਮ ਰਹੇ ਆ ਜੀ, ਤੁਸੀਂ ਵੇਖ ਰਹੇ ਹੋ ਕਿਸ ਤਰ੍ਹਾਂ ਟਰੈਕਟਰ ਦੇ ਟਾਇਰ ਇਹ ਘੁੰਮਦੇ ਪਏ ਆ ਜੀ। ਇਹ ਟਰੈਕਟਰ ਵੀਰੋ ਪੂਰਾ ਇਹ ਜਗਦਾ ਵੀ ਹੈ ਜੀ। ਹੁਣ ਆਪਾਂ ਲਾਈਟਿੰਗ ਦਾ ਕੰਮ ਕਰਾਂਗੇ ਜੀ, ਸ਼ੋਅ ਇੱਥੋਂ ਲਾ ਕੇ ਅਤੇ ਪਹਿਲਾਂ ਇਹਦੀਆਂ ਲਾਈਟਾਂ ਚਲਾਵਾਂਗੇ ਜੀ। ਟਰੈਕਟਰ ਤੁਸੀਂ ਮੂਵ ਹੁੰਦਾ ਵੇਖ ਲਓ ਜੀ, ਇਹ ਮੋਟਰ ਆ ਟਰੈਕਟਰ ਜੀ, ਪਿੰਨ ਸੈਂਟਰ ਕੰਮ ਕਰ ਰਹੀ ਹੈ ਜੀ। ਅਤੇ ਆ ਥੱਲੜੇ ਹੁਣ ਆਪਾਂ ਪਿੰਨ ਪਾ ਕੇ ਇਹ ਮੁੜਨ ਵਾਸਤੇ ਵੀ ਲਾਵਾਂਗੇ ਜੀ। ਇਸ ਤੋਂ ਪਹਿਲਾਂ ਆਪਾਂ ਹੁਣ ਲਾਈਟਿੰਗ ਦਾ ਕੰਮ ਕਰਦੇ ਹਾਂ ਜੀ, ਟਰੈਕਟਰ ਦਾ ਲਾਈਟਾਂ ਸਾਰੀਆਂ ਚਲਾਉਣੀਆਂ ਜੀ। ਆ ਲਾਈਟਾਂ ਚੱਲ ਰਹੀਆਂ ਜੀ, ਕੁਛ ਹੁਣ ਆਪਾਂ ਜਿਹੜੀਆਂ ਫਰੰਟ ਲਾਈਟਾਂ ਆ ਸ਼ੋਅ ਦੀਆਂ, ਇਹਨਾਂ ਨੂੰ ਤਾਰਾਂ ਨੂੰ ਜੋੜਦੇ ਹਾਂ ਜੀ। ਇਹ ਵੀਰੋ ਪੂਰਾ ਸਿੱਧੀਆਂ ਡਾਇਰੈਕਟ ਮਤਲਬ ਕਿ ਲਾਈਟਾਂ ਇਹ ਚੱਲਦੀਆਂ ਵਿੱਚ, ਇਹਦੇ ਲਾਈ ਵੀ ਹੈ ਵਿੱਚ ਪਿੰਨ, ਉਹ ਜੀ ਚੌਕ ਵਾਲੀ ਪਿੰਨ ਚੌਕ ਲਾਈ ਵੀ ਹੈ ਜੀ। ਅਤੇ ਇਹ ਪਲੱਗ ਤੁਸੀਂ ਲਾ ਦਿਓ ਬਸ, ਅਤੇ ਟਰੈਕਟਰ ਤੁਹਾਡਾ ਸਾਰਾ ਇਹ ਜਗ ਪੈਣਾ ਜੀ, ਸਾਰੇ ਇੰਡੀਕੇਟਰ ਜਗਦੇ ਜੀ, ਮੂਹਰਲੀਆਂ ਲਾਈਟਾਂ ਜੀ, ਛਤਰੀ ਦੀਆਂ ਲਾਈਟਾਂ ਵੀ ਜਗਣਗੀਆਂ ਜੀ, ਸਪੀਕਰਾਂ ਦੇ ਵਿੱਚ ਲਾਈਟਾਂ ਵੀ ਜਗਣਗੀਆਂ ਜੀ, ਉਹ ਵੀ ਤੁਹਾਨੂੰ ਅਸੀਂ ਹੁਣ ਤੁਹਾਨੂੰ ਥੋੜ੍ਹੀ ਚੱਕ ਜੋੜ ਕੇ ਤਾਰਾਂ ਅਸੀਂ ਦਿਖਾ ਰਹੇ ਹਾਂ ਜੀ। ਆ ਫਰੰਟ ਲਾਈਟ ਤਾਰਾਂ ਜੋੜ ਰਹੀਆਂ ਜੀ, ਅਤੇ ਇੱਕ ਲਾਈਟ ਤਾਂ ਚੱਲ ਪਈ ਜੀ, ਦੂਸਰੀ ਵੀ ਚੱਲ ਪਊ, ਦੂਜੀਆਂ ਤਾਰਾਂ ਜੋੜ ਕੇ ਜੀ ਪੂਰੀਆਂ ਲਾਈਟਾਂ
चलन गया जी इस ट्रैक्टर दियाँ असी पूरा ट्रैक्टर फिट किवें करी दा जी दिखा रहे हैं जी। दर्शक वीरो जे तुसी किसी ने भी ट्रैक्टर का मॉडल बनाना हो अपने को बनवा भी सकते हैं जी। किसी भी ट्रैक्टर का मॉडल बनाना हो आप तुम ट्रैक्टर का मॉडल तैयार कर देंगे जी। तुसी अपने एड्रैस के उत्ते आके सानू मिल सकते हैं जी। दर्शक वीरो आप इस तो पहला बहुत सारे मॉडल बनाए ट्रैक्टर के 3600 फोर्ड हो गया जी। पुराने मॉडल ट्रैक्टर के पुराने वो तो पुराने जिन्हें भी ट्रैक्टर है बहुत उन्होंने भी मॉडल बनाए जी। 80 साल पुराने ट्रैक्टर का मॉडल बनाया जी। 60 साल पुराने ट्रैक्टर का मॉडल बनाया जी जॉन डीयर का। वो भी तुम इतने अपने एड्रैस से आके घर अपने वेख सकते हैं जी। ट्रैक्टर वीरो सारा तैयार हो चुका जी। हम थोनों असं दिखा रहे हैं जी किस तरह ट्रैक्टर काम करता जी। पूरी लाइटा जी और तुम हम ये ट्रैक्टर देखो जी किमें यह ट्रैक्टर काम करता तो चलता। ट्रैक्टर भी थोड़ा ये हम अस दिखावे जी किमें चल रहा जी। ये मैनुअली चलता भीर जी ये हाथ ना ही ये ट्रैक्टर जी। हाँ जी भीर जिन्ह ने भी वीडियो तुम देख रहे हो सारे वीर शेयर करो वो तो वह जिन्होंने ट्रैक्टर के मॉडल वेखने हो अपने को अपने एड्रैस के उत्ते आके तुम वेख सकते हो जी। मनप्रीत सिंह अपना एड्रैस है जी पिंड रपाणा जिला श्री मुक्तसर साहब आई तुम आके इतने रपाणा पिंड अपने घर ही मॉडल तुम वेख सकते हो जी। जो किसी ने खरीदना हो खरीद भी सकते जी। पूरा एड्रैस तुम असी अपने वीडियो के मगर कार्ड छपया हुआ आ जाऊगा जी उत्ते पूरा फोन नंबर वगैरह सारा कुछ अपना लिखा होगा जी। वो तो वीडियो शेयर करो जी तो लाइक करो जी। आओ तुम हम सारा ट्रैक्टर का यह मॉडल देखो जी। वाहेगुरू जी का खालसा श्री वाहेगुरू जी की फतेह जी।